रहमान रहीम गुआचू रूह देखने वाले सारे दोस्तों मित्रां बेलियां नूं लैंदे चढ़दे पंजाब ते दुनिया भर च वसदे पंजाबियों नूं मेरे वल्लों जिहड़ी कि जवेद हुसैन राणा वल्लों अस्सलाम वालेकुम जी, सति श्री अकाल, आदाब, प्रणाम। अज जिस बजुर्ग नाल मैं थोड़ी गलबात करवाउण लग्गिया अपने प्रोग्राम विच, इह बजुर्ग ने नथेह खालसा ते ज़िला पहले लाहौर सी ते हुण कसूर ते तहसील पत्तोकी दा इह पिंड है नथेह खालसा। मैं 1947 तो पहले दियां जिहड़ियां यादां उन्हां नूं ताज़ा करदे रहे अपने प्रोग्राम विच, ते अज इन्हां बजुर्गों कोलों पुछदे हैं कि वो इत्थे रहे ने, ना किते गए ने ते ना किते वो आए ने, लेकिन इत्थे जिहड़े लोग रहिंदे सी 47 तो पहले उन्हां नूं इह पली पौन जानदे ने। इन्हां ने बजुर्गों ने 1947 दी वंड नूं देखिया, इत्थों जांदे हुए लोगों नूं देखिया, इत्थे वसदे हुए लोगों नूं देखिया, ते इन्हां ने देखिया कि किवें मुहब्बत ते प्यार नाल लोग इत्थे वसदे सी पहले 47 तो पहले, चाहे वह किसी भी धर्म या किसी भी मज़हब के होण। तो साडा जिहड़ा प्रोग्राम गुआचू रूह वंड ते आधारित हुंदा, वंड ते ही असी इहदे विच बणाई दा, इहनू असी खास तौर ते 1947 च दी वंड ते ही बणाया, क्योंकि 1947 दे विच जिहड़ा पंजाब दो हिस्सों च होया, हिंदुस्तान ते पाकिस्तान दो मुल्क बन गए, एक जिथे कि असी कदे लाहौर तो बठिंडे, लाहौर तो अमृतसर, तो लाहौर तो फिरोजपुर, तो फिरोजपुर तो लैलपुर, लैलपुर तो पटियाले, इन शहरों के जाते लोग बगैर किसी वीज़े तो, लेकिन अज इस टाइम इन्ना वीज़ा ही बड़ी मुश्किल मिलता है इधर पाकिस्तान वाले जोड़े लोग इधर वसते ने, इन्हों अपना चढ़ते पंजाब जाने वास्ते। अच्छा बुजुर्गो, सब तो पहले तुसी आपदा मैनू नाम दसो। अकबर। अकबर अली। ते थोड़े वाल साहब का नाम की है? थोड़े करमदीन। करमदीन। ते दादे का भी नाम याद है? सतार। सतार। ते केड़ी बरादरी बाबा जी थोड़ी? राई। राई बरादरी है। ते आ केड़ा पिंड है जिथे बैठे असी हुण? नथे। नथे। ते इहदे नाल नाल होर केड़े केड़े पिंड ने? ਪਰਲਾਂ ਸਿੰਘ, ਦੀਨਾਨਾਥ, ਮਾਂਗਾ। ਅੱਛਾ। ਬਸ ਨੇੜੇ ਨੇੜੇ ਤਿੰਨ ਚਾਰ, ਦੋ ਤਿੰਨ ਨਜ਼ਦੀਕ ਨੇ, ਜ਼ਿਆਦਾ ਨਜ਼ਦੀਕ ਹੀ ਨੇ। ਕਿਹੜਾ ਜ਼ਿਲ੍ਹਾ ਇਹਦਾ? ਕਸੂਰ। ਤੇ ਤਹਿਸੀਲ? ਚੂਣੀਆਂ। ਚੂਣੀਆਂ ਤਹਿਸੀਲ ਹੈ। ਪੱਤੋ ਹੈ? ਹੁਣ ਪੱਤੋ ਹੋ ਗਈ ਹੈ ਬਾਬਾ ਜੀ। ਪੱਤੋ ਪੱਤੋ ਹੋ ਗਈ, ਬਦਲ ਗਈ ਹੈ ਤਹਿਸੀਲ। ਪੱਤੋ। ਅੱਛਾ। ਬਾਬਾ ਜੀ, ਜਦੋਂ ਪਾਕਿਸਤਾਨ ਬਣਿਆ ਸੀ, ਹਾਂਜੀ, ਉਦੋਂ ਕਿੱਡੇ ਸੌ ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ ਉਦੋਂ ਕੋਈ 22 ਸਾਲ ਦੀ ਸੀ। 22 ਸਾਲ? ਤੁਹਾਡੇ ਮੁੱਛ ਦਾੜੀ ਆਈ ਹੋਈ ਸੀ? ਆਈ। ਤੇ ਜਵਾਨ ਸੀ ਫਿਰ ਤੁਸੀਂ? ਹਾਂ। ਵੰਡ ਦੇਖੀ ਹੈ ਨਾ, ਪਾਕਿਸਤਾਨ ਅਤੇ ਹਿੰਦੁਸਤਾਨ ਬਣਦਾ ਦੇਖਿਆ? ਬਿਲਕੁਲ ਵੇਖਿਆ। ਦੇਖਿਆ। ਅਤੇ ਜਦੋਂ ਤੁਸੀਂ ਇੱਥੇ ਇਕੱਠੇ ਵੱਸਦੇ ਸੀ ਪਾਕਿਸਤਾਨ ਅਤੇ ਹਿੰਦੁਸਤਾਨ 'ਚ ਜਦੋਂ ਇਕੱਠਾ ਸੀ, ਹਾਂ, ਜਿਹੜੇ ਇਸ ਪਿੰਡ 'ਚ ਲੋਕ ਰਹਿੰਦੇ ਸੀ ਉਹ ਕਿਹੜੇ ਕਿਹੜੇ ਕੌਮਾਂ ਦੀਆਂ ਹੈ ਸੀ? ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ? ਮੁਸਲਮਾਨ। ਮੁਸਲਮਾਨ ਰਹਿੰਦੇ ਸੀ? ਖੋਖਰ। ਖੋਖਰ। ਖਰਲ। ਇਹ ਤਾਂ ਠੀਕ ਹੈ। ਨਹੀਂ, ਬਾਕੀ ਮਜ਼ਹਬ ਕਿਹੜੇ ਕਿਹੜੇ ਸੀ? ਸਿੱਖ ਸੀ, ਮੁਸਲਮਾਨ ਸੀ, ਸਿੱਖ ਹੈਗੇ ਸੀ? ਹਾਂ, ਸਿੱਖ ਹੈਗੇ ਸੀ। ਕਿੰਨੇ ਕੁ ਘਰ ਸੀ ਸਿੱਖਾਂ ਦੇ? ਸਿੱਖਾਂ ਦੇ ਘਰ ਹੈਗੇ ਸਨ ਕੋਈ 25-30 ਹੋਣਗੇ। 25-30 ਘਰ ਸੀ ਸਿੱਖਾਂ ਦੇ? ਹਾਂ, ਬਸ ਇੰਨੇ। ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਭੁੱਖੇ ਸਨ, ਜ਼ਿਆਦਾ ਸੀ। ਜ਼ਿਆਦਾ ਸਨ। ਅਤੇ ਹਿੰਦੂ, ਖੱਤਰੀ, ਬਾਣੀ? ਖੱਤਰੀ
ਇੱਕ ਘਰ ਸੀ ਇੱਕੋ ਹੀ ਘਰ ਸੀ ਹਾਂ ਵਿਚਲੇ ਸਨ ਆ ਪਿੰਡ ਦੇ ਅੱਛਾ ਅਤੇ ਸਾਈ ਵੀ ਹੈ ਇਹ ਹਾਂ ਸਾਈ ਹੈਗੇ ਸਨ ਅਤੇ ਮਾਲਕ ਕਿਹੜੇ ਸੀ ਜ਼ਮੀਨਾਂ ਦੇ ਜ਼ਿਆਦਾ ਸਿੱਖ ਸਿੱਖ ਮਾਲਕ ਸੀ ਮੁਸਲਮਾਨ ਦੋ ਘਰ ਸਨ ਅੱਛਾ ਦੋ ਘਰ ਮਾਲਕ ਸੀ ਬਾਕੀ ਤਿੰਨ ਤਿੰਨ ਸਨ ਤਿੰਨ ਘਰ ਸੀ ਕਲਾਲ ਅਤੇ ਗੁੱਜਰ ਅਤੇ ਅਸੀਂ ਮੇਰਾ ਚਾਚਾ ਤਿੰਨ ਘਰ ਅੱਛਾ ਤਿੰਨ ਘਰ ਹੀ ਜਿਹੜੇ ਸੀ ਰਾਈਆਂ ਦੇ ਘਰ ਸੀ ਅਤੇ ਇੱਕ ਗੁੱਜਰ ਸੀ ਅਤੇ ਕਲਾਲ ਤਿੰਨ ਘਰ ਜਿਹੜੇ ਨੇ ਇਹ ਮਾਲਕ ਸੀ ਮੁਸਲਮਾਨਾਂ 'ਚੋਂ ਹਾਂ ਅੱਛਾ ਬਜ਼ੁਰਗੋ ਇੱਥੇ ਪਿੰਡ 'ਚ ਸਕੂਲ ਉਦੋਂ ਹੈਗਾ ਸੀ ਜਦੋਂ ਪਾਕਿਸਤਾਨ ਬਣਿਆ ਨਹੀਂ ਇਸ ਪਿੰਡ ਸਕੂਲ ਨਹੀਂ ਸੀ ਹੈਗਾ ਨਹੀਂ ਅਤੇ ਇਹ ਜਿਹੜਾ ਮੁਲਤਾਨ ਰੋਡ ਆ ਤੁਹਾਡੇ ਕੋਲ ਆ ਜਿਹੜਾ ਜੀ ਟੀ ਰੋਡ ਹੈ ਇਹ ਉਦੋਂ ਚੱਲਦਾ ਸੀ ਬੜਾ ਉਦੋਂ ਹੈਗਾ ਸੀ ਜਾਣੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਇਹ ਬਿਲਕੁਲ ਹੈਗਾ ਸੀ ਇਸ ਤਰ੍ਹਾਂ ਦਾ ਹੀ ਰੋਡ ਸੀ ਕਿ ਕੋਈ ਇਹਨੂੰ ਘੱਟ ਚੱਲਦਾ ਸੀ ਘੱਟ ਚੱਲਦਾ ਸੀ ਨਹੀਂ ਘੱਟ ਤਾਂ ਚੱਲਦਾ ਮੈਂ ਪੱਕਾ ਰੋਡ ਸੀ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਪੱਕੀ ਸੜਕ ਸੀ ਪੱਕੀ ਸੜਕ ਸੀ ਅਤੇ ਬਜ਼ੁਰਗੋ ਜ਼ਮੀਨਾਂ ਜਿਹੜੀਆਂ ਸੀ ਉਹ ਭਾਰੀਆਂ ਸੀ ਚੰਗੀਆਂ ਇਸ ਪਿੰਡ ਦੀਆਂ ਚੰਗੀਆਂ ਜ਼ਮੀਨਾਂ ਚੰਗੀਆਂ ਠੀਕ ਹੋ ਗਿਆ ਅਤੇ ਮੇਲਾ ਲੱਗਦਾ ਹੁੰਦਾ ਸੀ ਇੱਥੇ ਮੇਲਾ ਲੱਗਦਾ ਬੜਾ ਲੱਗਦਾ ਚੰਗਾ ਮੇਲਾ ਲੱਗਦਾ ਸੀ ਬੜਾ ਜਿਹੜਾ ਬਾਬੇ ਗੁਲਾਮ ਅਲੀ ਸ਼ਾਹ ਬੜਾ ਮੇਲਾ ਸੀ ਇਹੀ ਦਰਬਾਰ 'ਤੇ ਲੱਗਦਾ ਸੀ ਬੜਾ ਮੇਲਾ ਲੱਗਦਾ ਮਸਜਿਦਾਂ ਕਿੰਨੀਆਂ ਸੀ ਪਿੰਡ 'ਚ ਪਾਕਿਸਤਾਨ ਬਣਨ ਤੋਂ ਪਹਿਲੇ ਇੱਕ ਬਿਜਲੀ ਅਤੇ ਇੱਕ ਦੋ ਮਸਜਿਦ ਦੋਵੇਂ ਸਨ ਆਹ ਮਗਰੋਂ ਬਿੱਲੀਆਂ ਵੀ ਮਗਰੋਂ ਬਣੀਆਂ ਅੱਛਾ ਅਤੇ ਘਮਿਆਰਾਂ ਵਾਲੀ ਵੀ ਅਤੇ ਉਹ ਪੜ੍ਹਲੀ ਵੀ ਅੱਛਾ ਵੀ ਦੋ ਮਸਜਿਦਾਂ ਉਦੋਂ ਹੈਗੀਆਂ ਸੀ ਹਾਂ ਅਤੇ ਗੁਰਦੁਆਰਾ ਹੈਗਾ ਸੀ ਇੱਥੇ ਸੀ ਉਹ ਕਿਹੜੇ ਪਾਸੇ ਸੀ ਇੱਥੇ ਜਗ੍ਹਾ ਦਰਬਾਰ ਤੋਂ ਦਰਬਾਰ ਵਾਲੇ ਪਾਸੇ ਸੀ ਅੱਛਾ ਅਤੇ ਜਿਹੜੇ ਇੱਥੋਂ ਦੇ ਲੋਕ ਸੀ ਪੜ੍ਹੇ ਲਿਖੇ ਸੀ ਕਿ ਅਨਪੜ੍ਹ ਸੀ ਜ਼ਿਆਦਾ ਸਾਡੇ ਮੁਸਲਮਾਨ ਕੌਣ ਸਨ ਇੰਨੇ ਪੜ੍ਹੇ ਸਿੱਖਾਂ 'ਚੋਂ ਪੜ੍ਹੇ ਲਿਖੇ ਹੈਗੇ ਸੀ ਸਾਡੇ ਕੌਣ ਸਨ ਨਹੀਂ ਸਿੱਖ ਹੈਗੇ ਸੀ ਪੜ੍ਹੇ ਲਿਖੇ ਹੈਗੇ ਸਨ ਅੱਛਾ ਜਿਹੜਾ ਇੱਥੇ ਖੱਤਰੀਆਂ ਦਾ ਘਰ ਸੀ ਉਹਦਾ ਕੀ ਨਾਂ ਸੀ ਯਾਦ ਹੀ ਕੋਈ ਜਿਹਦੀ ਦੁਕਾਨ ਸੀ ਬੜਿਆਰ ਯਾਰ ਨਾਮ ਦਾ ਨਾਂ ਸੀ ਜੈ ਰਾਮ ਜੈ ਰਾਮ ਇੱਕੋ ਹੀ ਘਰ ਸੀ ਉਹਦੀ ਦੁਕਾਨ ਸੀ ਬਸ ਦੁਕਾਨ ਸੀ ਵਿਚਲੇ ਸਨ ਪਿੰਡ ਬਾਕੀ ਹੋਰ ਹਿੰਦੂ ਕੋਈ ਨਹੀਂ ਸੀ ਹੈਗੇ ਬ੍ਰਾਹਮਣ ਵਗੈਰਾ ਕੋਈ ਹੋਰ ਨਾ ਬ੍ਰਾਹਮਣ ਦਾ ਘਰ ਇੱਕੋ ਹੀ ਉਹੀ ਸੀ ਹਾਂ ਖੱਤਰੀ ਸੀ ਉਹ ਤੇ ਖੱਤਰੀ ਸੀ ਇੱਕੋ ਹੀ ਅਤੇ ਸਿੱਖ ਸੀ ਜਿਹੜੇ ਇਹਨਾਂ ਦੇ ਕੀ ਨਾਂ ਸੀ ਸਿੱਖ ਜਿਹੜੇ ਹੈਗੇ ਸੀ ਵੱਡਾ ਮਾਲਕ ਕਿਹੜਾ ਸੀ ਸਾਰਿਆਂ ਤੋਂ ਜ਼ਮੀਨ ਸਾਰਿਆਂ ਤੋਂ ਵੱਡਾ ਭਾਈ ਗੁੱਤੂ ਸੀ ਅੱਛਾ ਭਾਈ ਗੁੱਤੂ ਸੀ ਜਿਹੜਾ ਸਾਰਿਆਂ ਤੋਂ ਜ਼ਿਆਦਾ ਸਾਰਿਆਂ ਤੋਂ ਜ਼ਿਆਦਾ ਉਹ ਸੀ ਉਦੋਂ ਬਠੱਲੇ ਸਨ ਤਾਰਾ ਸਿੰਘ ਬੰਤਾ ਸਿੰਘ ਅੱਛਾ ਮਸਾਵਾ ਸਿੰਘ ਅੱਛਾ ਅਤੇ ਹਾਂ ਨੈਣ ਸਿੰਘ ਨੈਣੂ ਅੱਛਾ ਨੈਣ ਸਿੰਘ ਸੀ ਨੈਣ ਸਿੰਘ ਉਹ ਥੋੜ੍ਹਾ ਮਾਲਕ ਸੀ ਅੱਛਾ ਉਹ ਥੋੜ੍ਹਾ ਪਿਆਰੂ ਉਹ ਵੀ ਥੋੜ੍ਹਾ ਮਾਲਕ ਅੱਛਾ ਪਿਆਰਾ ਸਿੰਘ ਸੀ ਜਿਹੜਾ ਵੀ ਘੱਟ ਸੀ ਘੱਟ ਸੀ ਤੁਹਾਡੇ ਪਿੰਡ 'ਚ ਨੰਬਰਦਾਰ ਹੈਗਾ ਸੀ ਹੈਗਾ ਵਸਾਵਾ ਸਿੰਘ ਜੱਟ ਸੀ ਵਸਾਵਾ ਸਿੰਘ ਸੀ ਜਿਹੜਾ ਉਹ ਜੱਟ ਉਹ ਨੰਬਰਦਾਰ ਸੀ ਨੰਬਰਦਾਰ ਸੀ ਅਤੇ ਤੁਹਾਡੇ ਇਲਾਕੇ ਦਾ ਇੱਥੋਂ ਦਾ ਜੈਲਦਾਰ ਕਿਹੜਾ ਸੀ ਮੈਨੂੰ ਕੋਈ ਪਤਾ ਨਹੀਂ ਪਤਾ ਹੈਗਾ ਨਹੀਂ ਪਤਾ ਨੰਬਰਦਾਰ ਇੱਕ ਹੀ ਸੀ ਪਿੰਡ 'ਚ ਇੱਕੋ ਅਤੇ ਕਿਵੇਂ ਦਾ ਵਰਤਾਓ ਸੀ ਮੁਸਲਮਾਨਾਂ ਨਾਲ ਸਿੱਖਾਂ ਦਾ ਵਰਤਾਰ ਜੀ ਇੱਕ ਗੱਲ ਸੁਣ ਲਓ ਵਰਤਾਵਾ ਚੰਗਾ ਰਿਹਾ ਸਾਡਾ ਲੋਕਾਂ ਨਾਲ ਅੱਛਾ ਸਿੱਖਾਂ ਨਾਲ ਵਾਹਵਾ ਰਿਹਾ ਪਹਿਲੀਆਂ ਨੂੰ ਵਾਹ ਦੇ ਸਾ ਉਹਨਾਂ ਦੀਆਂ ਅੱਛਾ ਪਹਿਲੀਆਂ ਸਾਡੇ ਨਾਲ ਮਾੜੇ ਸਨ ਰਕਬੇ ਵੱਲੋਂ ਤਗੜੇ ਸਨ ਤੂੰ ਡੰਡੇ ਟਿੱਸੇ ਲਓ ਸਾਡੇ ਮੁਸਲਮਾਨਾਂ ਨਾਲ ਮਾੜੇ ਸਨ ਜੀਆਂ 'ਚ ਵੀ ਮਾੜੇ ਸੀ ਅਤੇ ਹਾਂ ਹਾਂ ਲੇਕਿਨ ਉਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਸੀ ਜ਼ਮੀਨਾਂ ਜ਼ਿਆਦਾ ਔਰ ਜ਼ਮੀਨਾਂ ਤੁਸੀਂ ਬਹੁਤ ਕੀ ਕਰਦੇ ਰਹਿੰਦੇ ਵੱਡੇ ਤੁਹਾਡੇ ਤੁਸੀਂ ਕੀ ਕਰਦੇ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਭਾਈ ਜ਼ਮੀਨਦਾਰਾ ਕਰ ਜ਼ਮੀਨਦਾਰੀ ਕਰਦੇ ਰਹੇ ਹੋ ਜ਼ਮੀਨਦਾਰਾ ਕਿੱਧਰ ਇੱਧਰ ਥਾੜ ਕਰਦੇ ਰਹੇ ਹੋ ਕਿ ਇੱਧਰ ਕਰਦੇ ਰਹੇ ਹੋ ਥਾੜ ਅਤੇ ਜਿਹੜਾ ਇਹ ਦਰਿਆ ਹੈ ਰਾਵੀ ਹਾਂ ਇਹ ਉਦੋਂ ਉਰਾਂ ਵਹਿੰਦਾ ਸੀ ਕਿ ਉੱਥੇ ਹੀ ਜਿੱਥੇ ਹੁਣ ਹੈ ਜਿੱਥੇ ਹੁਣ ਇੱਥੇ ਉੱਥੇ ਹੀ ਹੈ ਪਾਣੀ ਆ ਜਾਂਦਾ ਸੀ ਉਦੋਂ ਵੀ ਇਹ ਉੱਪਰ ਥੋੜ੍ਹਾ ਜਿਹਾ ਪਾਣੀ ਆ ਜਾਂਦਾ ਸੀ ਉਦੋਂ ਵੀ ਆ ਜਾਂਦਾ ਸੀ ਆ ਜਾਂਦਾ ਲੱਗ ਜਾਂਦਾ ਸੀ ਨਾਲ ਆ ਕੇ ਪਿੰਡ ਦੇ ਠਾੜ ਕਹਿੰਦਾ ਲੱਗ ਜਾਂਦਾ ਇੱਥੇ ਢਾਏ ਬਣੇ ਹੋਏ ਨੇ ਹਾਂ ਆ ਜਾਂਦਾ ਇਹ ਟਾਇਮ ਬਣੇ ਅਸਾਂ ਨਹੀਂ ਵੇਖੇ ਸਾਡੀ ਸਮਾਨ ਤੋਂ ਅੱਗੇ ਦੇ ਨੇ ਇਹ ਪਹਿਲੇ ਦੇ ਰੇੜੀ ਪਹਿਲੇ ਲੱਗ ਜਦੋਂ ਦਰਿਆ ਕਿਤੇ ਆਇਆ ਤੇ ਉਹਨੇ ਰੇੜ ਰੂੜ ਕੇ ਇਹ ਪਹਿਲਾਂ ਦੇ ਨੇ ਅੱਛਾ ਬਜ਼ੁਰਗੋ ਲੜਾਈ ਝਗੜਾ ਤਾਂ ਨਹੀਂ ਸੀ ਹੈਗਾ ਤੁਹਾਡਾ ਉਹਨਾਂ ਨਾਲ ਨਾ ਕੋਣਾ ਲੜਾਈ ਝਗੜਾ ਕੋਣ ਦੀਨ ਮਜ਼ਹਬ ਦੇ ਨਾਂ ਤੋਂ ਵੀ ਇੱਥੇ ਜਾਣ ਕੇ ਦਿੰਦੇ ਹੋ ਜਾਂ ਤੁਸੀਂ ਨਹੀਂ ਨਹੀਂ ਗੋਸ਼ਤ ਕਰਨ ਦਿੰਦੇ ਸੀ ਨਹੀਂ
लड़ाई झगड़ा कौन सी गोश्त करन दे दिंदे ही गोश्त चोरी छपी कर दे सी अज इन्ना ना से टाने इतने ब कौन सन सिख उ बड़ा करते सन असी पर उतों लै आना लै आना वड्डा गोश्त वड्डा गोश्त ते बकरा बुकरा तो इतने करन दे दिंदे ही नहीं बकरे का कौन सी जी वे तो बड़ा फलाने पिंडो बंदा उठ के आ गया पता नहीं भुखा मारदा है दाने नहीं है बजुर्गो जो ये वंड हुई है जो संताली की वंड हुई है उदो थोड़ा वही बीजी तुम करते किमें तो पता लग्या भी वंड हो लगी है रेडियो हों पिंड कोई पहले कुछ कुछ होंगी थी सुनते गिनते रहे होनी 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 है वो जनानिया कि रल के बहना बूना गुआढ़िया तो उन्हें आखना साड़िया जनानिया तुसा हुक्का पीनिया हुक्कियां पीनिया की राज करना है अच्छा थोड़िया जनानिया कहते भी तुम हुक्का पीने वाली राज करना है असी चलिया जाना है तो नहीं वो आखन तुसा नहीं राज करना असी राज करांगे अच्छा अपनी जनानिया कहदियां सी उन्हां नूं वो कहदियां सी वो कहदियां सी ते ए बजुर्गो व्याह शादी हुंदा सी इन्हां दा सिख करदे सी या मुसलमान करदे सी उहदे विच भी ਬੈਂਡ ਉੱਠਣ ਹੈਗਾ ਸੀ ਜਾਣ ਵਾਲਾ ਹੈਗਾ ਸੀ ਹੈਗਾ ਸੀ ਹੈਗਾ ਸੀ ਬੁਲਾਉਂਦੇ ਸੀ ਤੁਹਾਨੂੰ ਬੁਲਾਉਂਦੇ ਸਨ ਹਾਂ ਹੈਗਾ ਸੀ ਮੁਹੱਬਤ ਕਰਨ ਵਾਲੇ ਲੋਕ ਸੀ ਤੇਰਾ ਮੇਰਾ ਸੋਹਰੇ ਮੈਂ ਤੈਨੂੰ ਬੁਲਾ ਲੈਣਾ ਤੂੰ ਮੈਨੂੰ ਖਾਣ ਪੀਣ ਦਾ ਕੀ ਹੁੰਦਾ ਸੀ ਪ੍ਰਬੰਧ ਤੂੰ ਮੈਨੂੰ ਬੁਲਾ ਲੈਣਾ ਖਾਣ ਪੀਣ ਦਾ ਉਹਨਾਂ ਬਹੁਤ ਇੱਕ ਮਠਿਆਈ ਕਰਨੀ ਅੱਛਾ ਕੜਾਹ ਕਰਨਾ ਕੜਾਹ ਕਰਨਾ ਇਹ ਦੋ ਚੀਜ਼ਾਂ ਦਾਲ ਮਾਂ ਛੋਲੇ ਦੀ ਮਾਂ ਦੀ ਦਾਲ ਖਾ ਲੈਂਦੇ ਸੀ ਦਾਲ ਹਾਂ ਮਾਂ ਮੁਸਲਮਾਨ ਖਾ ਲੈਂਦੇ ਸੀ ਖਾ ਲੈਂਦੇ ਸੀ ਖਾ ਲੈਂਦੇ ਤੇ ਉਹ ਮੁਸਲਮ ਸਿੱਖ ਵੀ ਖਾ ਲੈਂਦੇ ਸੀ ਮੁਸਲਮਾਨ ਨਹੀਂ ਸਿੱਖ ਨਹੀਂ ਸੀ ਖਾਂਦੇ ਸਿੱਖ ਨਹੀਂ ਇਸੇ ਤਰ੍ਹਾਂ ਤੇ ਬਜ਼ੁਰਗੋ ਵੇਲਾ ਚ ਉਸ ਵੇਲੇ ਦੀਆਂ ਗੱਲਾਂ ਨੇ ਕੋਈ ਤੁਹਾਨੂੰ ਇਸ ਪਿੰਡ ਦੀ ਕੋਈ ਗੱਲ ਯਾਦ ਹੋਵੇ ਕੋਈ ਉਸ ਟਾਈਮ ਦੀ ਕੋਈ ਕਿਸੇ ਕਿਸਮ ਦੀ ਵੀ ਮੇਲੇ 'ਤੇ ਕੋਈ ਕੌਡੀਆਂ ਹੁੰਦੀਆਂ ਸੀ ਘੋਲ ਕੌਡੀਆਂ ਘੋਲ ਹੁੰਦੇ ਸਨ ਕਿੱਥੋਂ ਕਿੱਥੋਂ ਦੇ ਲੋਕ ਮੇਲੇ ਦੇ ਆਉਂਦੇ ਹੁੰਦੇ ਸੀ ਲੋਕ ਤਾਂ ਸਨ ਪੱਤੋ ਤੇ ਕੱਟਿਆ ਮੂਰਖ ਸਾਰਾ ਠਾਰ ਜਿੰਨਾ ਹੈਗਾ ਸਿੱਖ ਵੀ ਮੰਨਦੇ ਸੀ ਬਾਬੇ ਨੂੰ ਸਿੱਖੋ ਪੂਰੇ ਜੇ ਰਾਹ ਸਿੱਖ ਵੀ ਮੰਨਦੇ ਸਨ ਲੰਗਰ ਦੇਣਾ ਜਿੰਨਾ ਕਿ ਹੋਰ ਪੁੱਜਣਾ ਅੱਛਾ ਇਸ ਘਰ ਨੂੰ ਬਾਬਿਆਂ ਨੂੰ ਮੰਨਦੇ ਸੀ ਮੰਨਦੇ ਸਨ ਮੰਨਦੇ ਤੇ ਬਜ਼ੁਰਗੋ ਜਦੋਂ ਵੰਡ ਹੋਈ ਹੈ ਹਾਂਜੀ ਇੱਥੋਂ ਜਦੋਂ ਜਾਣ ਲੱਗੇ ਨੇ ਹਾਂਜੀ जवान सोहना बड़ा ओना को टगा गाड़ी को सानू आख्या टगा प्यो प्यो आखे मार टगा जो मेरे प्यो ने आके गाड़ी टगा जो दूजा साडा ले लवो ਅਸਾਂ ਆਪਣਾ ਮੇਰਾ ਕੈਸੇ ਨਹੀਂ ਦੇਣਾ ਸਾਡੇ ਕੋਲ ਰਹਿਣੇ ਹੀ ਨਹੀਂ ਅੱਛਾ ਉਹ ਮੇਰਾ ਭਰਾ ਵੱਡਾ ਸੀ ਉਹ ਬੇਲੀ ਸੁਣਦਾ ਨੇ ਪਿਓ ਨਾ ਰਹਿਣ ਦੇ ਦਫਾ ਤੋਂ ਟੱਗਾ ਹੀ ਚਲਾ ਜਾਏਗਾ ਨਾ ਅੱਛਾ ਤੂੰ ਟੱਗਾ ਦੇ ਇਹਨਾਂ ਨੂੰ ਅੱਛਾ ਟੱਗਾ ਨੂੰ ਦੇ ਦੇ ਅਸਾਂ ਉਹਨਾਂ ਕੋਲ ਲੈ ਲਿਆ ਅਤੇ ਗਾਡੀ ਹੋ ਜਾਂਦੇ ਦਿੱਤਾ ਗੱਡੀ ਜੋ ਕੇ ਅਰਮਾਨ ਤਲਬੀ ਨਾਲ ਅੱਡੇ ਦੇ ਇਕੱਠੇ ਹੁੰਦੇ ਗਏ ਨੇ ਅੱਡੇ ਦੇ ਪਰਲੇ ਦੇ ਨਾਲ ਛੜਕ ਜੇ ਉੱਥੇ ਇਕੱਠੇ ਪਿੱਠੋਂ ਫਿਰ ਉਸ ਪਿੰਡ ਵਾਲੇ ਵੀ ਆਉਂਦੇ ਰਹੇ ਨੇ ਇਸੇ ਰਾਏ ਰਾਹ ਇੱਥੋਂ ਇਕੱਠੇ ਹੋ ਕੇ ਫਿਰ ਵਿਜਾ ਹੋ ਕੇ ਗਏ ਨੇ ਅੱਛਾ ਬਜ਼ੁਰਗੋ ਤੁਹਾਡਾ ਬੇਲੀ ਕੋਈ ਤੁਹਾਡੇ ਨਾਲ ਜਿਹੜਾ ਹੈ ਸੀ ਉਸ ਟਾਈਮ ਤੁਹਾਡੇ ਹਾਣੀ ਸੀ ਜਿਹੜੇ ਬਾਜ ਬਾਜ ਉਹ ਮਿਲ ਕੇ ਗਿਆ ਅੱਛਾ ਮਿਲ ਕੇ ਵੀ ਗਿਆ ਆਇਆ ਦੁਬਾਰਾ ਵੀ ਆਇਆ ਆਇਆ ਦੁਬਾਰਾ ਆਇਆ ਦੁਬਾਰਾ ਕਿਹੜੇ ਕਿਹੜੇ ਆਏ ਨੇ ਇੱਥੇ ਸਾਡੇ ਪਿੰਡ ਭਾਈ ਗੁੱਤੂ ਆਇਆ ਹੈ ਹਾਂਜੀ ਮੇਰਾ ਰਕਬਾ ਚੌਖਾ ਮਾਣਾ ਹਾਂਜੀ ਅਤੇ ਜਾਂ ਉਹ ਮੁੰਡਾ ਬਾਜ ਆਇਆ ਸਾਨੂੰ ਮਿਲਣ ਮੇਰੇ ਭਰਾ ਦਾ ਅਤੇ ਮੇਰਾ ਪਰਮਜੀਤ ਦਕੂਬ ਇਹਨਾਂ ਦੇ ਕੱਪੜੇ ਕੁੱਪੜੇ ਵੀ ਲਿਆਏ ਬੜੇ ਸੋਹਣੇ ਬਜ਼ੁਰਗੋ ਉਸ ਵੇਲੇ ਜਦੋਂ ਸੰਤਾਲੀ ਦੀ ਵੰਡ ਨਹੀਂ ਸੀ ਹੈਗੀ ਉਦੋਂ ਜਿਹੜਾ ਸ਼ਹਿਰ ਹੈ ਤੁਹਾਡਾ ਭਾਈ ਫਿਰੂ ਇਹ ਸ਼ਹਿਰ ਇਹੀ ਲੰਡਾ ਜਿਹਾ ਸੀ ਦੁਕਾਨਾਂ ਜਿਹੀਆਂ ਬਿਲਡਿੰਗਾਂ ਬਣ ਗਈਆਂ ਬਿਲਡਿੰਗਾਂ ਬਣ ਗਈਆਂ ਸੀ ਕੋਈ
ਰਾਮ ਤੇ ਡਾਕਟਰ ਹੁੰਦਾ ਸੀ ਇੱਕ। ਸ਼ਹਿਰ ਤੇ ਇਹੀ ਲੱਗਦਾ ਸੀ ਨਾ, ਨੇੜੇ ਸੀ। ਮਾਂਗਾ ਤਾਂ ਕੁਛ ਨਹੀਂ ਸੀ ਹੈਗਾ, ਮਾਂਗਾ ਤਾਂ ਐਵੇਂ ਪਿੰਡ ਵਰਗਾ ਸੀ, ਪਿੰਡ ਵਰਗਾ। ਹਾਂ ਤੇ ਬਜ਼ੁਰਗੋ ਫਿਰ ਉਹਨਾਂ ਨੂੰ ਤੁਸੀਂ ਗੱਡਾ ਦੇ ਦਿੱਤਾ? ਹਾਂ, ਟੱਗਾ ਦੇ ਦਿੱਤਾ ਗੱਡਾ ਤਾਂ ਉਹਨਾਂ ਦੇ ਸੀ। ਅੱਛਾ, ਟੱਗਾ ਤੁਸੀਂ ਦੇ ਦਿੱਤਾ ਤੇ ਸਮਾਨ ਸਮੂਨ ਆਪਣਾ ਲੱਦਿਆ ਉਹਨਾਂ ਨੇ? ਲੱਦ ਕੇ ਸਮਾਨ ਕੀ ਲੱਦਣਾ ਸੀ, ਦਾਣਾ ਆਟਾ ਦਾਣਾ ਕੋਈ ਮੁੱਠ ਦਾ ਮਾਲ ਹੋਰ ਉਹਨਾਂ ਵਿਚਾਰਿਆਂ ਕੀ ਲੱਦਣਾ ਸੀ। ਠੀਕ ਹੈ। ਅਤੇ ਜਦੋਂ ਕਿਤੇ ਇਕੱਠ ਕੁੱਠ ਹੁੰਦਾ ਸੀ, ਹਾਂਜੀ, ਕਿਤੇ ਭਰਿਆ ਪੰਚਾਇਤ ਪੰਚਾਇਤ ਹੁੰਦੀ ਸੀ, ਅਤੇ ਕਿਹੜਾ ਬੰਦਾ ਨਿਬੇੜਦਾ ਹੁੰਦਾ ਸੀ ਫੈਸਲੇ ਇੱਥੇ ਤੁਹਾਡੇ ਪਿੰਡ 'ਚ? ਬਾਬਾ ਵਜ਼ੀਰ ਹੁੰਦਾ ਸੀ, ਕਲਾਲ। ਅੱਛਾ, ਮਰ ਗਿਆ ਉਹ। ਸਿੱਖ ਮੰਨਦੇ ਸੀ ਉਹਦੀ ਵੀ? ਹਾਂ, ਮੰਨਦੇ ਸੀ, ਇੱਕ ਦੂਜੇ ਨੂੰ ਬੜੇ ਬੜੇ ਮਿਲ ਪਿਆਰ ਨਾਲ ਫੈਸਲੇ ਫੂਸਲੇ ਜਿਹੜੇ ਹੁੰਦੇ ਸੀ। ਕੋਈ ਸਿੱਖਾਂ ਦੇ ਬੰਦੇ ਇੱਕ ਦੋ ਰਲ ਗਿਆ ਨੇ। ਅੱਛਾ, ਤਾਰਾ ਸਿੰਘ ਰਲ ਗਿਆ ਭਾਈ, ਪੰਚਾਇਤ ਹੁੰਦੀ ਸੀ। ਬਾਬਾ ਵਸਾਵਾ ਸਿੰਘ ਲੰਬੜਦਾਰ ਸੀ, ਉਹ ਬੜਾ ਬੰਦਾ ਚੰਗਾ ਸੀ। ਅੱਛਾ, ਤੇ ਕੋਈ ਸਾਡੇ ਬੰਦੇ ਰਲ ਜਾਣੇ। ਠੀਕ ਹੈ। ਅਤੇ ਨਿਆਣ ਬੇਰ ਨੇ ਜਿਹੜੀ ਕਿ ਉਹ ਇਸ ਪਿੰਡ ਦੇ ਪੰਚਾਇਤੀ ਸੀ। ਹਾਂ, ਅਤੇ ਮਕਾਨ ਪੱਕੇ ਸੀ ਇਹਨਾਂ ਦੇ ਸਾਰੇ? ਨਹੀਂ, ਹਾਂ, ਵਿਰਲੇ ਬਾਂਝੇ ਸਨ। ਪੱਕਾ ਚੁਬਾਰਾ ਚਬੂਰਾ ਕਿੰਦਾ ਸੀ ਬਣਿਆ ਹੋਇਆ ਇਸ ਪਿੰਡ 'ਚ? ਚੁਬਾਰਾ ਸੀ ਆ ਤਾਰਾ ਸਿੰਘ ਦਾ। ਤਾਰਾ ਸਿੰਘ ਨੇ ਚੁਬਾਰਾ ਬਣਾਇਆ ਹੋਇਆ ਸੀ? ਹਾਂ, ਬਣਾਇਆ ਸੀ ਉਹਨੇ। ਹੋਰ ਦੂਜੇ ਕੋਈ ਸਾਦੇ ਮਕਾਨ ਹੀ ਸਨ? ਸਾਦੇ ਮਕਾਨ ਸੀ। ਹਾਂ, ਚੁਬਾਰਾ ਹੁੰਦਾ ਸੀ, ਬਾਕੀ ਪੱਕੇ ਮਕਾਨ ਹੈਗੇ ਸੀ, ਬਾਕੀ ਸਾਦੇ ਸੀ। ਸਾਦੇ ਵਿਰਲੇ ਮਕਾਨ ਪੱਕੇ ਸਨ, ਕੱਚੇ ਸਨ। ਠੀਕ ਹੈ। ਹਾਂ, ਅਤੇ ਬਜ਼ੁਰਗੋ ਵੰਡ ਹੋਣ ਲੱਗਿਆ ਸਾਰਾ ਪਿੰਡ ਇਕੱਠਾ ਹੋਇਆ ਤੁਹਾਡਾ, ਇਕੱਠਾ ਹੋ ਕੇ ਫਿਰ ਸਾਰਿਆਂ ਉਹਨਾਂ ਨੂੰ ਟੋਰਿਆ ਇੱਥੋਂ ਅਤੇ ਮਿਲ ਕੇ ਜੱਫੀਆਂ ਪਾ ਕੇ ਗਏ ਨੇ ਜਾਂਦੇ ਹੋਏ? ਜੱਫੀਆਂ ਪਾ ਕੇ ਕੀ ਕਹਿੰਦੇ ਸੀ ਕਿ ਹੁਣ ਵੀ ਨਹੀਂ ਆਉਣਾ ਮੁੜ ਕੇ? ਉਹ ਸਾਡਾ ਗੁਆਂਢੀ ਸੀ ਨਾ ਜਿਹੜਾ, ਉਹਦੀਆਂ ਧੀਆਂ ਸਨ ਦੋ ਜਵਾਨਾਂ। ਅੱਛਾ, ਦੀਪੋ ਅਤੇ ਜੀਤੋ। ਅੱਛਾ, ਕੁਆਰੀਆਂ ਸਨ। ਅੱਛਾ, ਧੀਆਂ ਪੈਣਾਂ ਵਾਲੀਆਂ ਬੜੀਆਂ ਸੋਹਣੀਆਂ। ਅੱਛਾ, ਉਹ ਬਹੁ ਫੜੀ ਲਿਆਇਆ ਹੈ ਅਤੇ ਮੇਰੇ ਪਿਓ ਨੂੰ ਨੇ ਆਖਿਆ ਕਰਮ ਜੀ ਨਾਲ ਗੱਲ ਸੁਣ, ਸਾਥੋਂ ਇਹ ਰਾਹ ਜੀ ਖੁਸ ਜਾਣੀਆਂ ਨੇ ਅਤੇ ਇੱਥੇ ਰੱਖ ਲਾ ਧੀਆਂ ਅਤੇ ਕਦੇ ਬਈ ਅਮਨ ਚੈਨ ਹੋਇਆ ਤਾਂ ਅਸੀਂ ਲੈ ਜਾਂ। ਪਿਓ ਮੇਰੇ ਆਖਿਆ ਨਾ ਮੈਨੂੰ ਇਹ ਜ਼ੁਲਮ ਨਾ ਕਰਾ ਸਾਥੋਂ, ਜੋ ਤੁਸੀਂ ਮੁਹੱਬਤ ਸੀ, ਇਹ ਨੀ ਸੀ ਵੀ ਚੱਲ ਚਲੇ ਜਾਣਾ ਇਹਨਾਂ ਨਾਲ ਜੋ ਮਰਜ਼ੀ ਕਰ ਲਈਏ। ਨਾ 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 ਨਾ, ਜਿਹੜਾ ਨੀ ਬੋਲ ਮਿਲਾ ਲਾਇਆ। ਤੇ ਬਜ਼ੁਰਗੋ ਜਦੋਂ ਕਹਿੰਦੇ ਨੇ ਬੰਦਾ ਆਪਦੀ ਜਗ੍ਹਾ ਆਪਦੀ ਜੰਮਣ ਜਗ੍ਹਾ ਛੱਡਦਾ ਜਦੋਂ, ਜਿਹੜਾ ਆਪਦਾ ਇਲਾਕਾ ਹੁੰਦਾ ਛੱਡ ਕੇ ਕਿਤੇ ਪੱਕਾ ਹੀ ਜਾਣਾ ਹੁੰਦਾ? ਹਾਂ, ਬਿਲਕੁਲ। ਅਤੇ ਕਹਿੰਦੇ ਉਹ ਤਾਂ ਰੋਂਦਾ ਵੀ ਹੈ ਅਤੇ ਉਦੋਂ ਦਾ ਦਿਲ ਵੀ ਨਹੀਂ ਕਰਦਾ? ਨਹੀਂ ਕਰਦਾ। ਅਤੇ ਇਵੇਂ ਹੋਇਆ ਉਹਨਾਂ ਦੇ ਨਾਲ ਵੀ ਬੜਾ, ਜਿਵੇਂ ਉੱਧਰ ਆਉਣ ਵਾਲੇ ਲੋਕ ਆਏ ਨੇ ਇਹ ਵੀ ਇਵੇਂ ਰੋਂਦੇ ਪਿੱਠ ਦੇ ਹੀ ਗਏ ਨੇ? ਰੋਂਦੇ ਪਿੱਠ ਦੇ ਵਿਚਾਰੇ ਆਏ ਨੇ, ਇਹ ਵੀ ਆਏ ਨੇ ਅਤੇ ਜਿਹੜੇ ਗਏ ਨੇ ਉਹ ਵੀ ਇਵੇਂ ਗਏ ਨੇ ਇੱਥੇ। ਕੋਈ ਬੰਦਾ ਕਹਿੰਦਾ ਸੀ ਵਿੱਚ ਵੀ ਅਸੀਂ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ? ਇਸੇ ਤਰ੍ਹਾਂ ਨਹੀਂ ਨਹੀਂ ਕੋਈ ਹੈ ਸੀ ਬੰਦੇ ਵਿੱਚ ਵੀ ਇੱਥੇ ਹੀ ਰਵਾਂਗੇ, ਜਾਂਦੇ ਨਹੀਂ? ਅਸੀਂ ਨਹੀਂ ਜਾਣਾ। ਅੱਛਾ, ਅਤੇ ਅਸੀਂ ਨਹੀਂ ਜਾਣਾ, ਫਿਰ ਜਾਣਾ ਪਿਆ? ਜਾਣਾ ਪਿਆ, ਜਾਣਾ ਪਿਆ। ਅਤੇ ਉਹ ਵਕਤ ਯਾਦ ਤਾਂ ਆਉਂਦਾ ਹੋਣਾ, ਉਹ ਵੇਲਾ ਤਾਂ ਯਾਦ ਆਉਣਾ ਹੋਣਾ ਜਦੋਂ ਇੱਥੇ ਸਾਰੇ ਸਾਰੇ ਕੌਮਾਂ ਹੀ ਜਿਹੜੀਆਂ ਨੇ ਉਹ ਇਕੱਠੀਆਂ ਰਹਿੰਦੀਆਂ ਸੀ, ਹੁਣ ਤਾਂ ਇੱਕ ਮੁਸਲਮਾਨ ਹੀ ਹੈ ਅਤੇ ਜਾਂ ਈਸਾਈ ਨੇ ਸਾਡੇ ਨਾਲ ਥੋੜ੍ਹੇ ਥੋੜ੍ਹੇ ਪਿੰਡਾਂ ਦੇ ਵਿੱਚ, ਉਦੋਂ ਤਾਂ ਸਾਰੀਆਂ ਕੌਮਾਂ ਇੱਥੇ ਵੱਸਦੀਆਂ ਸੀ ਸਾਰੀਆਂ। ਅਤੇ ਬਜ਼ੁਰਗੋ ਫਿਰ ਉਹਨਾਂ ਨੂੰ ਤੁਸੀਂ ਛੱਡ ਕੇ ਆਏ ਹੋ, ਆਪੇ ਚਲੇ ਗਏ? ਆਪੇ ਗਏ। ਰਾਤ ਨੂੰ ਕਿ ਦਿਨੇ ਗਏ ਨੇ? ਦਿਨੇ ਕਿੱਥੇ ਦਿਨ, ਗੱਡੀ ਜੋ ਕੇ ਗਏ ਨੇ ਇੱਥੇ, ਇਕੱਠੇ ਹੁੰਦੇ ਗਏ ਨੇ ਸੜਕ 'ਤੇ, ਜਗ੍ਹਾ ਪੜ੍ਹ ਲਓ ਬੜੀ ਵਿਹਲੀ ਸੀ। ਅੱਛਾ, ਇੱਥੇ ਇਕੱਠੇ ਹੁੰਦੇ ਗਏ ਨੇ ਅਤੇ ਜਦੋਂ ਆ ਹੁਣ ਤੁਹਾਨੂੰ ਦੁਬਾਰਾ ਆ ਕੇ ਮਿਲੇ ਨੇ, ਹਾਂ, ਵਸਾਵਾ ਸਿੰਘ ਫਿਰ ਬਾਅਦ 'ਚ ਆਇਆ, ਹਾਂ, ਉਹਨੇ ਦੱਸਿਆ ਸੀ ਤੁਹਾਨੂੰ ਆ ਕੇ ਕਿ ਭਾਈ ਗੁੱਤੂ ਆਇਆ ਸੀ? ਕਿਹੜਾ ਆਇਆ ਸੀ? ਭਾਈ ਗੁੱਤੂ ਆਇਆ, ਉਹਨੇ ਆ ਕੇ ਕਿਹਾ ਵੀ ਉੱਧਰ ਜਿਹੜੇ ਬੰਦੇ ਗਏ ਨੇ ਸਾਰੇ ਸਹੀ ਸਲਾਮਤ ਗਏ ਨੇ ਕਿ ਉਹਨਾਂ ਨੂੰ ਮਾਰਿਆ ਵੱਢਿਆ ਵੀ ਕਿਸੇ ਨੇ? ਨਹੀਂ, ਪੁੱਛਿਆ ਸੀ, ਪੁੱਛਿਆ ਬੰਦਿਆਂ ਵੱਢਿਆ, ਹਾਂ, ਉਹਨਾਂ ਜਾਣੀਆਂ ਹੀ ਪੁੱਛਣਾ ਸਾਡੇ ਪਿਓ ਹੋਰਾਂ ਦੇ ਵੱਢਿਆ ਸਾਰਿਆਂ। ਅੱਛਾ, ਸੁਣਾ ਬਈ, ਉਹਨੇ ਠੀਕ ਠਾਕ ਆਪ ਗਏ ਹਾਂ, ਕੋਈ ਸਾਨੂੰ ਕਿਸੇ ਡਾਂਸ ਵਗੈਰਾ? ਕਹਿੰਦੇ ਨੇ ਕਿ ਜਦੋਂ ਤੱਕ ਬਾਰਡਰ ਨਹੀਂ ਬਣਿਆ ਤਾਂ ਉਹ ਵੈਸੇ ਲੋਕ ਟੱਪ ਕੇ ਵੀ ਸਿੱਧੇ ਆਉਂਦੇ ਜਾਂਦੇ ਰਹੇ ਨੇ। ਹਾਂ ਹਾਂ, ਤੁਹਾਡਾ ਵੀ ਕੋਈ ਗਿਆ ਉੱਧਰ ਬਾਬਾ ਮਿਲਣ ਉਹਨਾਂ ਨੂੰ ਕਿ ਨਹੀਂ? ਨਹੀਂ, ਮੈਂ ਕਿ ਪਤਾ ਨਹੀਂ ਸੀ ਲੱਗਿਆ, ਉਹ ਖਤ ਖੁਤ ਤਾਂ ਆਉਂਦੇ ਰਹੇ ਹੋਣੇ ਆ। ਖਾ ਤਾਂ ਆਉਂਦੇ ਰਹੇ ਹੋਣੇ, ਖਤ ਆਉਂਦੇ ਗਏ ਨਹੀਂ, ਗਏ ਨਹੀਂ ਹੈਗੇ। ਹਾਂ, ਅਤੇ
बजुर्गो होर कोई गल याद हो कोई याद नहीं होर गल हूँ थोड़ी 90 साल तो ज्यादा उम्र है हाँ मेरी ज्यादा है 4-5 साल तो घट है हाँ जी पढ़े लिखे बंदा कोई इतने थोड़े पिंड का जरा कोई पढ़ा लिखा बंदा है सी कोई इस पिंड च भी ज्यादा पढ़िया हो उस दौर च वकील कोई खेल भी नहीं पढ़े कोई फौज च लग्या होवे भर्ती होया होवे नहीं कोई नहीं चले जाते ना फौज भी चले जाते सी ना ना कोई नहीं सी हैगा ना फौज च हुण साडे पिंड दा बंदा कौन है वेला बांजा कदेगा ਜਿਹੜਾ ਪਿੰਡ ਆ ਤੁਹਾਡਾ ਢਾਏ ਢਾਏ ਦੇ ਉੱਤੇ ਉੱਤੇ ਹੀ ਸੀ ਹਾਂ ਉੱਤੇ ਢਾਏ ਦੇ ਥੱਲੇ ਨਹੀਂ ਸੀ ਹੈਗਾ ਥੱਲੇ ਥੱਲੇ ਹੁਣ ਘਰ ਬਣ ਗਏ ਨੇ ਸਿਰ ਉਹ ਬਣੇ ਨੇ ਉਦੋਂ ਨਹੀਂ ਸੀ ਹੈਗੇ ਹਾਂ ਹੁਣ ਬਣੇ ਨੇ ਤੇ ਉੱਚਾ ਸੀ ਪਾਣੀ ਤੋਂ ਪਾਣੀ ਦੀ ਵਜ੍ਹਾ ਦੇ ਇਧਰੋਂ ਇਹ ਹੈਗਾ ਮਾਝਾ ਤੇ ਉਹ ਥਾੜ ਹੈ ਇਹ ਆ ਕੁੜੀਆਂ ਦੇ ਚੁੰਗਾ ਤੋਂ ਲੈ ਕੇ ਸਾਰੇ ਪਿੰਡ ਨੇ ਜਿਹੜੇ ਆਉਂਦੇ ਹਾਂਜੀ ਮਾਂਗਾ ਤੇ ਪਰਾ ਬਾੜ ਤੇ ਸਾਰੇ ਇਹ ਹੁਣ ਥੇ ਤੇ ਲੱਖਣ ਕੇ ਗੱਗਾ ਕਾਮੂ ਗੱਲੇ ਸਾ ਇਹ ਸਾਰਾ ਢਾਏ ਉੱਤੇ ਇਹ ਢਾਏ ਦੇ ਉੱਤੇ ਹੀ ਨਹੀਂ ਆਉਂਦਾ ਇਸੇ ਤਰ੍ਹਾਂ ਦਰਿਆ ਕਦੇ ਆ ਗਿਆ ਕਦੇ ਚਲਿਆ ਗਿਆ ਪਾਣੀ ਮੌਸਮ ਬਦਲਦੇ ਸੀ ਜੀ ਠੀਕ ਹੈ ਬਜ਼ੁਰਗੋ ਬੜੀ ਮਿਹਰਬਾਨੀ ਤੁਸੀਂ ਮੈਨੂੰ ਦੱਸਿਆ ਗੱਲਾਂ ਅੱਛਾ ਜੀ ਹੋਰ ਤਹਿਸੀਲ ਪੱਥੋਗੀ ਅਤੇ ਜ਼ਿਲ੍ਹਾ ਕਸੂਰ ਦਾ ਪਿੰਡ ਪਹਿਲੇ ਜ਼ਿਲ੍ਹਾ ਲਾਹੌਰ ਸੀ ਤਹਿਸੀਲ ਕਸੂਰ ਫਿਰ ਤਹਿਸੀਲ ਚੂੜੀਆਂ ਅਤੇ ਬਾਅਦ ਦੇ ਵਿੱਚ ਜਿਹੜਾ ਉਹ ਜ਼ਿਲ੍ਹਾ ਕਸੂਰ ਅਤੇ ਤਹਿਸੀਲ ਚੂੜੀਆਂ ਤਹਿਸੀਲ ਪੱਥੋ ਤੀਕਰ ਆ ਗਿਆ ਯਾਨੀ ਕਿ ਵਾਧਾ ਵਾਧਾ ਕੰਮ ਅਤੇ ਇਹ ਪਿੰਡ ਨਥੇ ਖਾਲਸਾ ਬਿਲਕੁਲ ਹੀ GT ਰੋਡ ਦੇ ਉੱਤੇ ਵਾਕਿਆ ਹੈ ਅਤੇ ਮੇਰੇ ਨਾਲ ਬਜ਼ੁਰਗ ਬੈਠੇ ਨੇ ਬਾਬਾ ਅਕਬਰ ਇਹਨਾਂ ਨੇ ਉਸ ਜਿਹੜੀ 47 ਦੀ ਵੰਡ ਹੋਈ ਸੀ ਉਹਦੇ ਜਿਹੜੇ ਕੁਛ ਪੰਨੇ ਸੀ ਜਿਨ੍ਹਾਂ ਦੇ ਉੱਤੇ ਧੂੜ ਜੰਮੀ ਸੀ 47-75 ਵਰੇ ਪਹਿਲੇ ਉਹ ਅਸੀਂ ਝਾੜੀ ਧੂੜ ਅਤੇ ਕੁਛ ਚੀਜ਼ਾਂ ਜਿਹੜੇ ਕੁਛ ਜਿਹੜੇ ਵਰਕ ਦੇ ਉੱਤੇ ਲਿਖੇ ਹੋਏ ਲਫਜ਼ ਸੀ ਉਹਨਾਂ ਨੂੰ ਅਸੀਂ ਪੜ੍ਹਿਆ ਇਹਨਾਂ ਦੀ ਜ਼ਬਾਨੀ ਬਲਕਿ ਸੁਣਿਆ ਅਤੇ ਇਹਨਾਂ ਨੇ ਸਾਨੂੰ ਉਸ ਵੇਲੇ ਦੀਆਂ ਗੱਲਾਂ ਦੱਸੀਆਂ ਜਦੋਂ ਹਿੰਦੁਸਤਾਨ ਹੀ ਸੀ ਪਾਕਿਸਤਾਨ ਨਹੀਂ ਸੀ ਬਣਿਆ ਅੰਗਰੇਜ਼ ਦਾ ਦੌਰ ਸੀ ਫਿਰ ਬਾਅਦ 'ਚ ਵੰਡ ਹੋਈ ਇਹ ਇਹਨਾਂ ਹੀ ਗੱਲਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਰਾਹੀਂ ਤੁਹਾਡੇ ਤੀਕਰ ਪਹੁੰਚਾਉਂਦੇ ਰਹੀਦਾ ਅਤੇ ਕੋਸ਼ਿਸ਼ ਕਰਦੇ ਰਹੀਦਾ ਕਿ ਕਿਸੇ ਦਾ ਕੋਈ ਵੀ ਬਜ਼ੁਰਗ ਜਿਹੜਾ ਉਹਦੇ ਨਾਲ ਉਹਦਾ ਸੰਪਰਕ ਹੋ ਜਾਵੇ ਰਾਬਤਾ ਹੋ ਜਾਵੇ ਜਾਂ ਉਹ ਕੋਈ ਜਾਣਕਾਰੀ ਉਸ ਵਕਤ ਦੀ ਲੈਣਾ ਚਾਹੁੰਦਾ ਹੋਵੇ ਤਾਂ ਫਿਰ ਉਹ ਬਜ਼ੁਰਗਾਂ ਦਾ ਫੋਨ ਨੰਬਰ ਵਗੈਰਾ ਲੈ ਲੈਂਦੇ ਨੇ ਅਤੇ ਉਹ ਅਸੀਂ ਉਹਨਾਂ ਨੂੰ ਦੇ ਦੇਈਦਾ ਕਿਉਂਕਿ ਇਹ ਸਾਡਾ ਮਕਸਦ ਹੈ ਕਿ ਦੋਵੇਂ ਪੰਜਾਬ ਚੜ੍ਹਦਾ ਹੋਵੇ ਜਾਂ ਲੈਂਦਾ ਹੋਵੇ ਨਾ ਪੰਜਾਬ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨੇੜੇ ਲਿਆਈਏ ਨਾ ਅੱਗੇ ਇੱਕ ਦੂਸਰੇ ਤੋਂ ਜਿਵੇਂ 75 ਸਾਲ ਨਫ਼ਰਤਾਂ ਅਤੇ ਲੜਾਈਆਂ ਝਗੜੇ ਰਹੇ ਨੇ ਇਹ ਨਾ ਰਹੇ ਸੋ ਜੀ ਕਿਸੇ ਹੋਰ ਪਿੰਡ ਜਾਵਾਂਗੇ ਫਿਰ ਉੱਥੇ ਵੀ ਇਸ ਤਰ੍ਹਾਂ ਦੇ ਕਿਸੇ ਬਜ਼ੁਰਗ ਨੂੰ ਲੱਭਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਰੱਬ ਰੱਖ